ਸਾਰਾ ਸੇਰਾ ਵਾਲੇ ਦਾ ਬੋਲ ਸਾਚੇ ਦਰਬਾਰ ਕੀ ਜੈ। ਮੁੰਡਿਓ ਰੈਡੀ ਹੋ ਸਾਰੇ, ਤੁਹਾਨੂੰ ਬੱਸ ਕੋਲ ਲੈ ਕੇ ਚੱਲਦੇ ਆ, ਬੱਸ ਦੇ ਦਰਸ਼ਨ ਕਰਾਂਗੇ ਜਿਹੜੀ ਜਾਣੀ ਹੈ। Hey guys, welcome back to my channel। ਨਵਾਂ ਦਿਨ ਨਵੀਂ ਸ਼ੁਰੂਆਤ, ਤੁਹਾਡੇ ਨਾਲ ਤੇ ਹਾਜ਼ਰ ਹਾਂ ਨਵੇਂ ਵਲੌਗ ਤੇ ਨਾਲ। ਹੋਪਫੁਲੀ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਮਾਲਕ ਦੀ ਕਿਰਪਾ ਨਾਲ ਠੀਕ ਹਾਂ। ਅੱਜ ਤਰੀਕ 26, ਟਾਈਮ 11:30 ਹੋ ਗਏ। ਸਭ ਤੋਂ ਪਹਿਲਾਂ ਸਈਆਂ ਵੀਰ ਨੂੰ ਲੈਣ ਜਾਣਾ, ਬਾਕੀ ਹੋਰ ਵੇਖਦੇ ਹਾਂ, ਸਮਾਨ ਸਮੂਨ ਜੋ ਚਾਹੀਦਾ ਹੋਇਆ ਉਹ ਲੈ ਕੇ ਆਵਾਂਗੇ। ਸਈਆਂ ਵੀਰ ਵੀ ਪਹੁੰਚ ਰਹੇ ਆ, ਪੈਕਿੰਗ ਕਰਾ ਉਹਦੀ ਤਾਂ ਡਨ ਹੋ ਗਈ ਹੋਊਗੀ, ਸਾਡੀ ਪੈਕਿੰਗ ਹਲੇ ਰਹਿੰਦੀ, 2-3 ਵਜੇ ਸਟਾਰਟ ਹੋਊਗੀ, 5-6 ਵਜੇ ਨਿਕਲਣਾ। ਤੁਹਾਨੂੰ ਸਾਰਾ ਅੱਜ ਦਾ ਵਲੋਗ ਇੰਜੋਏ ਕਰਾਵਾਂਗੇ, ਸੋ ਵੀਡੀਓ ਨੂੰ ਵਿਦਆਊਟ ਐਨੀ ਡਬਲ ਟੈਪ ਸਕਿਪ ਨਾ ਕਰਿਓ, ਪੂਰੀ ਵੇਖਿਓ, ਬਸ ਇਹੀ ਤੁਹਾਡੀ ਸਪੋਰਟ ਚਾਹੀਦੀ ਆਪਾਂ ਨੂੰ। ਪਹਿਲਾਂ ਸਈਆਂ ਵੀਰ ਨੂੰ ਲੈ ਕੇ ਆਈਏ, ਫਿਰ ਵੇਖਦੇ ਹਾਂ ਜੋ ਕੰਮ ਕਰਨੇ ਹੋਏ ਉਹ ਕਰਨੇ। ਕਹਿੰਦੇ ਮੁੰਡਾ ਆ ਗਿਆ, ਦੱਸਣਾ ਨੀ ਆਪਾਂ ਕਿਤੇ ਚੱਲੇ ਨਹੀਂ। ਹੋਰ ਫਿਰ ਤਿਆਰੀ ਹੈ ਮੁੰਡਿਆ ਸਾਰੀ? ਆ ਬੈਗ ਵੀਰੇ ਚੱਕ ਮੋਢਿਆਂ ਦੇ, ਇੱਥੇ ਨੀ ਰੱਖੀਨਾ ਇਹ। ਨਹੀਂ ਨਹੀਂ ਚੱਕ ਵੀਰ, ਚੱਕ ਚੱਕ ਚੱਕ, ਐਂ ਚੁਕਾ ਦਈਏ ਬਲੌਗ ਦੇ ਵਿੱਚ। ਸੰਯਮ ਨੂੰ ਛੱਡ ਕੇ ਟੈਂਟ ਦਾ ਸਮਾਨ ਲੈਣ ਗਏ ਸੀ ਜਿਹੜਾ ਬੱਸ ਨਾਲ ਲੈ ਕੇ ਜਾਣਾ, ਭਾਂਡੇ ਮਤਲਬ ਭਾਂਡੇ ਦਰੀਆਂ ਬਿਸਤਰੇ, ਬਿਸਤਰੇ ਨਹੀਂ ਗੱਦੇ। ਅਤੇ ਹੁਣ ਸਈਏ ਵੀਰ ਨੇ ਕਹਿੰਦੇ ਬੈਂਕ ਜਾਣਾ, ਅਮਾਊਂਟ ਵੱਡੀ ਕਢਾ ਕੇ ਲਿਆਉਣੀ ਹੈ, ਪੈਸਿਆਂ ਦੀ ਲੋੜ ਬੜੀ ਪੈ ਗਈ। ਹੋਰ ਸਈਏ ਵੀਰ ਸੈੱਟ ਵੈਟ ਹੋ? ਆਡੀਅੰਸ ਦਾ ਹਾਲ ਹੀ ਪੁੱਛ ਲਓ ਸਾਡੀ ਦਾ, ਊਂ ਤਾਂ ਕਿਸੇ ਦਾ ਪੁੱਛਣਾ ਨਹੀਂ ਹੁੰਦਾ ਤੁਸੀਂ। ਹੋਰ ਜੀ ਸਾਰਿਆਂ ਨੂੰ ਕੀ ਹਾਲ ਚਾਲ? ਬਾਜ਼ਾਰੋਂ ਕੰਮ ਨੇ ਵੇਟ ਕੇ ਆ ਗਏ, ਜਲਦੀ ਜਲਦੀ ਹੁਣ ਪੈਕਿੰਗ ਕਰਨੀ ਹੈ। ਮੈਂ ਬਾਜ਼ਾਰ ਸੀਗਾ, ਮੈਂ ਮੰਮੀ ਮੈਨੂੰ ਬੋਲਣ ਲੱਗ ਗਈ ਵੀ ਤੂੰ ਆਪਦੇ ਕੱਪੜੇ ਨਹੀਂ ਕੱਢ ਕੇ ਗਿਆ, ਸੋ ਹੁਣੇ ਮੈਂ ਜਲਦੀ ਜਲਦੀ ਆ ਕੇ ਪਹਿਲਾਂ ਕੱਪੜੇ ਕੱਢੇ ਵਿਖਾ ਦਈਏ। ਇਹ ਸ਼ਰਟ ਮੈਂ ਤੁਹਾਨੂੰ ਦੱਸੂਗਾ ਉੱਥੇ ਆ ਕੇ ਜਦੋਂ ਪਾਊਂਗਾ, ਇੱਕ ਆਹ ਸ਼ਰਟ ਲੈ ਕੇ ਚੱਲਿਆ, ਇੱਕ ਆਹ ਲੋਅਰ ਪਜਾਮਾ, ਉਹ ਕੀ ਬੋਲ ਗਿਆ, ਇੱਕ ਆਹ ਲੋਅਰ ਟੀ ਸ਼ਰਟ ਹੈ, ਇੱਕ ਆਹ ਟੀ ਸ਼ਰਟ ਹੁਣੇ ਲਿਆਂਦੀ ਹੈ ਮੈਂ, ਆਹ ਵਾਲੀ, ਉਹਦੇ ਨਾਲ ਆਹ ਪਜਾਮਾ, ਅਤੇ ਇੱਕ ਆਹ ਪੈਂਟ ਲੈ ਕੇ ਜਾਣੀ ਹੈ। ਆਹ ਪੈਂਟ ਨਾਲ ਆਹ ਸ਼ਰਟਾਂ ਵੇਖਦਾ ਮੈਂ ਕਿਹੜੀ ਪਾਊਂਗਾ, ਉੱਥੇ ਜਾ ਕੇ ਦੋਵੇਂ ਲਾ ਕੇ ਜਾਊਂਗਾ ਮੈਨੂੰ ਲੱਗਦਾ ਸ਼ਰਟਾਂ ਮੈਂ। ਬਾਕੀ ਦੇਖੋ ਜਲਦੀ ਉਹਦੀ ਪੈਕਿੰਗ ਕਰਦੇ ਆ, ਬਸ ਪੈਕਿੰਗ ਚੱਲ ਰਹੀ ਹੈ ਇੱਧਰ, ਅਤੇ ਜਾਂਦੇ ਵੇਲੇ ਮੈਂ ਆਪ ਆ ਕੇ ਜਾਣਾ ਅੱਜ, ਕਿਉਂਕਿ ਸਫ਼ਰ ਹੀ ਕਰਨਾ ਮੇਨ ਹੈ ਨਾ। ਫਿਰ ਐਵੇਂ ਲਓ ਜੀ ਫਾਈਨਲੀ ਆਪਾਂ ਹੋ ਗਏ ਹਾਂ ਤਿਆਰ, ਅਤੇ ਰੈਡੀ ਸ਼ੈਡੀ ਹੋ ਚੁੱਕੇ, ਐਕਸਾਈਟਮੈਂਟ ਲੈਵਲ ਹੋਰ ਵਧੀ ਜਾਂਦਾ, ਜਿਵੇਂ ਜਿਵੇਂ ਟਾਈਮ ਬੀਤੀ ਜਾਂਦਾ ਉਵੇਂ ਉਵੇਂ ਐਕਸਾਈਟਮੈਂਟ ਲੈਵਲ ਤਾਂ ਵਧੀ ਜਾਂਦਾ। ਅਤੇ ਟਾਈਮ ਹੋ ਗਿਆ ਭਾਅ ਜੀ ਕੋਈ 5 ਵਜੇ, ਬਸ ਬੁਸ ਆ ਗਈ, ਸਮਾਨ ਚੜਾ ਲਿਆ ਉਹਨਾਂ ਨੇ ਟੈਂਟ ਵਾਲਾ, ਭਾਂਡੇ ਵਾਲਾ, ਬਿਸਤਰੇ ਬੁਸਤਰੇ ਸਾਰੇ, ਅਤੇ ਆਪਣਾ ਸਮਾਨ ਆਪਣਾ ਆਪਣੇ ਹੁਣ ਬੈਗ ਬੁਗ ਲੈ ਕੇ ਜਾਣੇ ਆ, ਆਪਣੀ ਪੈਕਿੰਗ ਪੁਕਿੰਗ ਡਨ ਹੋ ਗਈ। ਆਹ ਬੈਗ ਤਿਆਰ ਕੀਤਾ ਇੱਕ, 2-3 ਬੈਗ ਆਹ ਤਿਆਰ ਕੀਤੇ ਵੱਡੇ ਵੱਡੇ, ਸਾਰੇ 3-4 ਜਣੇ ਦਾ ਸਮਾਨ ਮਤਲਬ ਇੰਨਾ 'ਚ ਆ ਗਿਆ। ਜਿਹੜੇ ਛੋਟੇ ਛੋਟੇ ਬੈਗ ਸੀ ਮੇਰੇ, ਉਹ ਮਤਲਬ ਇੱਕ ਬੈਗ ਪਾਏ ਸੀ ਆਪਾਂ, ਉਹ ਆਪਾਂ ਵਿੱਚ ਹੀ ਪਾ ਤਾ, ਉੱਥੇ ਜਾ ਕੇ ਉਹਨੂੰ ਚੱਕਾਂਗੇ, ਕਿਉਂਕਿ ਉੱਥੇ ਉਹਦੀ ਲੋੜ ਹੈ, ਇੱਥੇ ਲੋੜ ਹੈ ਨਹੀਂ ਗੀ, ਆਪਾਂ ਇੱਥੇ ਆਪਾਂ ਸਫ਼ਰ ਕਰਨਾ ਸਿਰਫ, ਬੱਸ 'ਚ ਬਹਿਣਾ ਅਤੇ ਲੈਣਾ, ਤਾਂ ਇੱਥੇ ਬੈਗ ਦੀ ਕੋਈ ਲੋੜ ਨਹੀਂ ਹੈਗੀ, ਪਾਵਰ ਬੈਂਕ ਵਗੈਰਾ ਵੀ ਵਿੱਚ ਪਾ ਤਾ, ਹੋਰ ਕੋਈ ਲੋੜ ਹੈ ਨਹੀਂ, ਹੈੱਡਫੋਨ ਵੀ ਇੰਨੀ ਖਾਸੀ ਲੋੜ ਹੈ ਨਹੀਂ ਗੀ। ਵਲੋਗ ਐਡਿਟ ਕਰਨ ਵੇਲੇ ਉਹਦੀ ਲੋੜ ਹੋਊਗੀ, ਤਾਂ ਉਹ ਉੱਥੇ ਹੀ ਹੋਊਗਾ ਵਲੋਗ ਐਡਿਟ, ਇੱਥੇ ਨਹੀਂ ਹੋਣਾ। ਉਹ ਹੁਣ ਇੱਕ ਵਾਰੀ ਚਾਹ ਪੀਂਦੇ ਹਾਂ ਅਤੇ ਤੁਹਾਨੂੰ ਬੱਸ ਕੋਲ ਲੈ ਕੇ ਚੱਲਦੇ ਹਾਂ, ਬੱਸ ਦੇ ਦਰਸ਼ਨ ਕਰਾਉਂਦੇ, ਜਿਹੜੀ ਜਾਣੀ ਹੈ ਵੈਸ਼ਨੋ ਦੇਵੀ ਫਾਈਨਲੀ। ਦੱਸਤਾ ਵੈਸੇ ਤਾਂ ਅੱਧਿਆਂ ਨੂੰ ਪਤਾ ਹੋਊਗਾ, ਜਿਹੜੇ ਵੇਖ ਰਹੇ ਅੱਧਿਆਂ ਨੂੰ ਨਹੀਂ ਪਤਾ, ਸੋ ਬੱਸ ਜਾਣੀ ਹੈ ਵੈਸ਼ਨੋ ਦੇਵੀ, ਇੱਥੇ ਹੀ ਦੱਸ ਦਈਏ, ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ, ਮੈਂ ਚਾਹ ਪੀ ਲਾਂ ਬਸ, ਫਿਰ ਆਪਾਂ ਚੱਲਦੇ ਹਾਂ। ਚਾਹ ਪੀ ਕੇ ਨਿਕਲੇ ਹਾਂ, ਬੈਗ ਰੱਖ ਕੇ ਆਉਣੇ ਬੱਸ 'ਤੇ, ਅਤੇ ਬਾਅਦ 'ਚ ਆਪਾਂ ਆ ਜਾਂਗੇ ਨਾ, ਪਹਿਲਾਂ ਬੈਗ ਰੱਖ ਦਈਏ, ਸਮਾਨ ਚਾੜ ਦਈਏ, ਫਿਰ ਆਪਾਂ ਫ੍ਰੀ ਹੋ ਜਾਵਾਂਗੇ। ਚਾਚੂ ਜੀ ਵੀ ਹੋ ਗਏ, ਹਾਂ ਵੇਟ ਇਜ਼ ਓਵਰ, ਚਾਚੂ ਜੀ ਵੀ ਤਿਆਰ ਹੈ ਪੂਰੇ, ਬਸ ਆਪਾਂ ਸਮਾਨ ਰੱਖ ਆਈਏ। ਲਓ ਜੀ ਆ ਆਪਣੀ ਬੱਸ, ਖੁੱਲੀ ਡੁੱਲੀ ਟਾਟੋ, ਖੁੱਲੀ ਡੁੱਲੀ ਬੱਸ ਹੈ ਭਾਅ ਜੀ, ਕੋਈ ਦਿੱਕਤ ਨਹੀਂ ਆਉਣੀ, ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ, ਬਸ ਸਵਾਰੀਆਂ ਵਾਲੇ ਆ ਜਾਂਦੀ ਹੈ, ਸਮਾਨ ਸਮੂਨ ਉੱਪਰ ਚਾੜੀ ਜਾਂਦੇ ਆ। ਹਾਂਜੀ ਪਹੁੰਚ ਗਏ, ਪਹੁੰਚ ਗਏ, ਚੜਾਓ ਚੜਾਓ, ਉੱਤੇ ਚੜਾਓ, ਜਲਦੀ ਜਲਦੀ ਜਲਦੀ, ਚਲੋ 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 ਚਲੋ। ਲਓ ਜੀ ਬੈਗ ਬੁਗ ਰੈਡੀ ਹੈ ਪੂਰੇ, ਰੱਖਦੇ ਆਪਾਂ, ਅਤੇ ਆ ਝੰਡਾ ਲਾ ਤਾ। ਹਾਂਜੀ ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਆ ਵੀ ਮੁੰਡੇ ਹੋ ਰੈਡੀ ਹੋ ਸਾਰੇ? ਜੈ ਮਾਤਾ ਦੀ ਕਹਿ ਦੋ ਸਾਰੇ, ਤੂੰ ਵੀ ਕਹਿ ਦੇ, ਹਾਂ ਰੈਡੀ ਹੈ, ਅਤੇ ਹੁਣ ਪੂਜਾ ਹੋਰਨ ਜਾ ਰਹੀ ਹੈ। ਤਿਆਰ ਭਾਜੀ? ਪਹਿਲਾਂ ਚਾਚੂ ਤਿਆਰ ਹੈ ਨਹੀਂ ਸੀ, ਹੁਣ ਤਿਆਰ ਹੈ, ਇੱਧਰ ਪੂਜਾ ਹੋਣ ਜਾ ਰਹੀ ਹੈ। ਜੈਕਾਰਾ ਸ੍ਰੀ ਰਾਮ ਵਾਲੀ ਦਾ, ਬੋਲ ਸੱਚੇ ਦਰਬਾਰ ਕੀ ਜੈ।
माता तोड़ी सदा ही जय। प्रसाद प्रसाद हेलो दरबार से यात्रा जा रही है बस नो रवानगी करवाते श्री गोरा देव जी तैयारी हो रही बस चलन दी तैयार हो भाजी। हां जी चाचू जी जय माता दी जय माता दी तैयारियां तैयारियां तैयारियां। हां जी नाराज हो चलो ए वधिया गल है ए बहुत वधिया गल कही है तुसी ए बस चलन दी देर है चाचा भतीजा कराई है एनी देर मैं हां चाचा भतीजा इकट्ठे बस चलन दी रोला सिर्फ फोटो ना करांदा होया सिर्फ फोटो ना करांदा रोला है भाजी रिश्ता खत्म। लो जी मलोड़ तो हो गए रवाना चढ़ गए बस आप बस चल पी बाकी सही है एक बार एडजस्ट किए हुए हैं इन्हों नू सीट मिल जूगी मुक्सर जाके फिलहाल बस चली है मलोड़ तो निकल गए बस आप मलोड़ तो वैष्णो देवी नू। हाँ जी ये मेरा कोई भाई है हैप्पी रक्षाबंधन। करनेटो तो बाद स्विस रोल दी सेवा साडे बबलू चाचू जी वालों चाचा चाचा ही है। रुके हैं आपा कोटकपुरे थोड़ी अगे आके सिचुएशन तुसी समझ सकते हो सारे मतलब 2 मिनट बस खड़ाई है रिदू वास्ते संयम वास्ते आ बंदे दा बनाता आप एट ए टाइम प्रोग्राम है फिर पहला इनका मुक्सर रुकन दा सीगा पर बस माता ने बुला लिया बुलावा आ गया ते कहंदे लै चलो फिर माता ने बुलावा आ गया ना पहला मुक्सर रुकना सी हुण चला माता ते वैष्णो देवी कार्ती खुंग जय माता दी बोल दे जय माता दी। हां जी की माहौल है बस दा थोड़ा बहुत बच्चे ने बाथरूम आया सीगा अच्छा मतलब फ्रेश है तुसी सिचुएशन समझ सकते हो साडी पर रुके हां टहने कोई पिंड पुंड है मैनूं लगदा इत्थे मतलब वड्डा खुला रोड सी तां इत्थे रुके हां ते हुण रुकन दी है अपनी हरिके पतन उत्थे डिनर वगैरह होऊगा रोटी वगैरह उत्थे मिलदे हां पहुंचे हां भाजी आपां हरिके पतन आ ढाबा है जजे संधू ढाबा ते इत्थे पैकिंग वाली रोटी नाल लैके आए सी सो आपां ने वधिया कीता वी पैकिंग वाली रोटी नाल ले आए इधर सारा लंगर बताया जा रहा है। हाँ जी चाह की सेवा भाजी नींद नहीं आनी चाय वंडी राघव जी हेलो गाइस क्या हाल चाल बढ़िया चाह पी ली ने बेड़ लिया सारा कुछ लखनपुर का बैरियर पा के बैठे हैं इतने आपकी आपकी चाह इतें तो वेखो एक बार रुक के पीने मैं ब्लॉग का एंड कर दी क्योंकि अगर कटरा जाके रुकना आप कटरा इतों है 138 किलोमीटर उत्थे लिखा हुआ इतों लिखना नहीं सानू तो भाजी सारे हाल बुरे हो मतलब सफर वाहवा हो गया ना हले होर पे 4 घंटे का ब्लॉग वगैरह एडिट पूरा हो चुका है थोड़ा ही रह गया बस म्यूजिक वगैरह लाना वो ला देंगे हुणे ते उत्थे जाके आप अपलोड कर देंगे वेखांगे की सीन बंदा उत्थों दा ते बस होर कोई गल नहीं
ਹਾਂਜੀ ਕੀ ਪਾਈਏ ਤੁਹਾਨੂੰ ਹਾਂ ਇੱਕ ਵਾਰੀ ਵਲੋਗ ਦਾ ਐਂਡ ਕਰਦੇ ਹਾਂ ਅਗਲਾ ਵਲੋਗ ਉੱਥੇ ਕੱਟਰੇ ਸ਼ੁਰੂ ਕਰਾਂਗੇ ਆਪਾਂ ਯਾਤਰਾ ਨਮਸਕਾਰ ਯਾਤਰਾ ਵਾਲੇ ਦਿਨ ਨਹੀਂ ਦੋ ਤਿੰਨ ਬਣਾ ਦਿੰਦੇ ਬਸ ਉੱਥੇ ਸੀਨ ਵੇਖਦੇ ਕੀ ਇੱਕ ਵਾਰੀ ਓਕੇ ਬਾਏ ਬਾਏ ਐਡੀ ਹੌਲੀ ਨਹੀਂ ਸਵਾਗਤ ਹੈ ਤੁਹਾਡਾ ਨਵੇਂ ਵਲੋਗ 'ਚ ਲਓ ਜੀ ਆ ਆਪਣੀ ਬਸ ਉਹ ਭਰਾਵਾ ਇਹ ਕੌਣ ਹੈ ਪ੍ਰਸ਼ਾਦ ਪ੍ਰਸ਼ਾਦ ਹੈ ਲੋ ਓਏ